ਜੁੜੋ ਜੁੜੋ ਜੁੜੋ, ਸੁਰਤ ਟਿਕ ਜਾਏ ਸਭ ਤੋਂ ਵੱਡਾ ਗਹਿਣਾ ਹੈ। ਵਾਹਿਗੁਰੂ 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 ਵਾਹ। ਕਮਾਈ ਕਹਿੰਦੇ ਜੀ ਇਹਨੂੰ, ਕਮਾਈ ਇਹਨੂੰ ਕਹਿੰਦੇ ਸ਼ਬਦ ਦੀ ਕਮਾਈ। ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ। ਜੋੜੋ ਹੱਥ ਸਾਰੇ, ਸਿਰ ਨਵਾਈਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ। ਕਈ ਵਾਰ ਕਿਹਾ ਇੱਥੇ ਨਵਾਉਣਤਾ ਅਤੇ ਕਿਤੇ ਨਹੀਂ ਨਵਾਉਣਾ ਪੈਣਾ, ਕਿਸੇ ਡਾਕਟਰ ਅੱਗੇ, ਕਿਸੇ ਅਫੀਸਰ ਅੱਗੇ। ਜਿਹਨੇ ਸਿਰ ਨਵਾਤਾ ਅਮਾਨਤ ਗੁਰੂ ਦੀ ਬਣ ਗਿਆ ਸਿਰ, ਫਿਰ ਨਵਾਉਣਾ ਨਹੀਂ ਪੈਂਦਾ। ਸਿਰ ਨਵਾ ਕੇ ਸਾਰੇ ਪੜੋ, ਡੰਡੋਤ ਬੰਧਨ ਅਨਕਬਾਰ ਸਰਬ ਕਲਾ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹਾ ਮਾਹੇ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਨਾਨਕ ਦੇ ਕਰ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਦਾਸ ਤੇਰੇ ਕੀ ਬੇਨਤੀ ਦਾਸ ਤੇਰੇ ਕੀ ਬੇਨਤੀ ਦਾਸ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਇੱਕ ਧੀ ਨੂੰ ਬਾਪ ਪੁੱਛਦਾ ਵੀ ਤੂੰ ਡੋਲੇ 'ਚ ਬਹਿ ਗਈ ਹੈ ਅਤੇ ਪੁੱਤ ਤੇਰਾ ਡੋਲਾ ਤੋਰਨ ਦੇ ਵੇਲੇ
ਮੈਂ ਹਾਜ਼ਰ ਨਹੀਂ ਸਾਂ ਅਤੇ ਮੈਂ ਤੇਰੀ ਭਾਵਨਾ ਨੂੰ ਸਮਝਦਾ ਵੀ ਇੱਕ ਧੀ ਜਦੋਂ ਡੋਲੇ 'ਚ ਬਹਿੰਦੀ ਅਤੇ ਉਹਦੀ ਇੱਛਾ ਹੁੰਦੀ ਡੋਲੇ 'ਚ ਬਹਿਣ ਤੋਂ ਪਹਿਲਾਂ ਉਹਦਾ ਪਿਓ ਸਿਰ 'ਤੇ ਹੱਥ ਰੱਖੇ, ਹੁੰਦੀ ਕਿ ਨਹੀਂ? ਹੁੰਦੀ ਹੈ ਨਾ ਧੀਆਂ, ਜੇ ਤੁਹਾਡੇ ਵੱਲ ਮੈਂ ਪਹਿਲਾਂ ਹੱਥ ਕੀਤਾ। ਜਿਹੜੀਆਂ ਬਦ ਨਸੀਬ ਧੀਆਂ ਦਾ ਪਿਓ ਨਹੀਂ ਹੁੰਦਾ ਡੋਲੀ 'ਚ ਬਹਿਣ ਵੇਲੇ, ਉਹਨਾਂ ਦੇ ਕਲੇਜੇ ਨੂੰ ਪੁੱਛੋ ਕਿੰਨੀ ਬਿਰਹੋਂ ਹੈ ਅੰਦਰ। ਅਰਦਾਸ ਆ ਹਰ ਧੀ ਨੂੰ ਡੋਲੀ 'ਚ ਬਹਿਣ ਲੱਗਿਆਂ ਉਹਦਾ ਬਾਪ ਉਹਦੇ ਸਿਰ 'ਤੇ ਹੱਥ ਰੱਖੇ, ਉਸ ਹੱਥ 'ਚ ਬੜਾ ਕੁਝ ਛੁਪਿਆ ਹੁੰਦਾ। ਆਖੋ ਵਾਹਿਗੁਰੂ, ਉਸ ਹੱਥ ਵਿੱਚ ਬਹੁਤ ਕੁਝ ਛੁਪਿਆ ਹੁੰਦਾ। ਅਤੇ ਜੋ ਜੋ ਧੀ ਮਹਿਸੂਸ ਕਰਦੀ ਉਹ ਕਥਨ ਕਹਿਣ ਤੋਂ ਬਾਹਰ। ਕੋਈ ਧੀ ਡੋਲੇ 'ਚ ਬੈਠੀ ਅਤੇ ਬਾਪ ਨੇ ਪੁੱਛਿਆ, ਧੀਏ ਜਦੋਂ ਤੂੰ ਡੋਲੀ 'ਚ ਬੈਠੀ ਮੈਂ ਉੱਥੇ ਹਾਜ਼ਰ ਨਹੀਂ ਸਾਂ। ਆਖੋ ਵਾਹਿਗੁਰੂ, ਪਰ ਮੈਂ ਛੇਤੀ ਤੋਂ ਛੇਤੀ ਆਪਣਾ ਕਰਮ ਨਿਬੇੜ ਕੇ ਘੋੜਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੌੜਿਆ ਤੇਰੀ ਡੋਲੀ ਤੋਰਨ ਨੂੰ, ਤੇਰੀ ਤੋਰਨ ਨੂੰ। ਧੀ ਨੇ ਕੁਛ ਨਹੀਂ ਅੱਗੋਂ ਬੋਲਿਆ ਵੀ ਬਾਪੂ ਤੂੰ ਕੀ ਕਰਦਾ ਸੈਂ। ਬਾਪੂ ਨੇ ਦੱਸਿਆ ਲਾਹੌਰ ਦੇ ਸੂਬੇਦਾਰ ਦੇ ਨਾਲ ਜੰਗ ਹੋ ਰਹੀ ਸੀ ਅਤੇ ਪੁੱਤ ਅੰਮ੍ਰਿਤਸਰ ਸਾਹਿਬ ਤੋਂ ਤੇਰਾ ਆਨੰਦਮੈ ਝਬਾਲ ਤਾਂ ਪੜ੍ਹਨ ਲਈ ਭੇਜਿਆ ਵੀ ਉਸ ਆਨੰਦ ਦੇ ਵਿੱਚ ਜੰਗ ਵਿਘਨ ਨਾ ਬਣੇ ਅਤੇ ਮੈਂ ਤੇਰੇ ਦਾਦਾ ਸਮਾਨ ਬਾਬਾ ਬੁੱਢਾ ਸਾਹਿਬ ਨੂੰ ਤੇਰੇ ਨਾਲ ਭੇਜਿਆ। ਆ ਸਾਰੀਆਂ ਨੋਟ ਗੱਲਾਂ ਕਰਿਓ। ਆਖੋ ਵਾਹਿਗੁਰੂ, ਤੇਰੇ ਦਾਤਾ ਸਮਾਨ ਬਾਬਾ ਬੁੱਢਾ ਸਾਹਿਬ ਨੂੰ ਤੇਰੇ ਨਾਲ ਭੇਜਿਆ, ਭਾਈ ਜੇਠੇ ਨੂੰ ਤੇਰੇ ਨਾਲ ਭੇਜਿਆ ਅਤੇ ਇਹਨਾਂ ਨੂੰ ਇਹ ਵਚਨ ਕੀਤਾ ਵੀ ਜਾਓ ਆਨੰਦ ਦੇ ਦਿਨ ਆ ਗਏ ਨੇ ਅਤੇ ਇੱਥੇ ਆਨੰਦ ਕਾਰਜ ਕਰਨਾ ਯੋਗ ਨਹੀਂ, ਤੁਸੀਂ ਝਬਾਲ ਚਲ ਜਾਓ। ਆਖੋ ਵਾਹਿਗੁਰੂ, ਝਬਾਲ ਆਨੰਦ ਬਾਬਾ ਬੁੱਢਾ ਸਾਹਿਬ ਨੇ ਭਾਈ ਜੇਠੇ ਹੋਣਾ ਪੜ੍ਹਾ ਦਿੱਤਾ। ਧੀ ਦੇ ਅੰਦਰ ਇੱਕ ਚੀਸ ਸੀ, ਚੀਸ ਸਮਝਦੀਆਂ ਜੇ, ਦਰਦ ਸੀ। ਵੀ ਸਾਰਿਆਂ ਨੇ ਤੋਰਿਆ, ਬਾਬਾ ਬੁੱਢਾ ਸਾਹਿਬ ਨੇ ਪਿਆਰ ਦਿੱਤਾ ਮੁਬਾਰਕ, ਭਾਈ ਜੇਠੇ ਨੇ ਪਿਆਰ ਕੀਤਾ ਹੈ ਸਿਰ 'ਤੇ ਹੱਥ ਰੱਖਿਆ ਮੁਬਾਰਕ ਹੈ, ਸਰੀਕੇ ਸਾਰੇ ਨੇ ਪਿਆਰ ਕਰਕੇ ਮੈਨੂੰ ਡੋਲੀ 'ਚ ਬਾਲਿਆ ਇਹ ਮੁਬਾਰਕ ਆ, ਮਗਰ ਬਾਪੂ ਤੂੰ ਕਿੱਥੇ ਰਹਿ ਗਿਆ? ਅੰਦਰ ਦੀ ਪੁਕਾਰ ਅੰਮ੍ਰਿਤਸਰ ਸਾਹਿਬ ਪਹੁੰਚੀ ਅਤੇ ਮੇਰਾ ਛੇਵਾਂ ਸਤਿਗੁਰੂ ਜਿਨ੍ਹਾਂ ਦਾ ਅੱਜ ਆਗਮਨ ਹੈ ਵੱਡ ਯੋਧਾ ਵਪਾਰ ਉਪਕਾਰੀ ਸ਼ਹਿਨਸ਼ਾਹ ਘੋੜਾ ਲੈ ਕੇ ਦੌੜਿਆ, ਡੋਲੀ 'ਚੋਂ ਬਾਹਰ ਬੁਲਾ ਲਿਆ, ਬੈਠੀ ਹੋਈ ਨੂੰ ਡੋਲੀ 'ਚੋਂ ਬਾਹਰ ਬੁਲਾ ਲਿਆ। ਇੱਦਾਂ ਕੀਤੀ ਡੋਲੀ ਦੇ ਪਰਦੇ ਅਤੇ ਬਾਹਰ ਵੇਖਿਆ ਅਤੇ ਪਿਤਾ ਗੁਰਦੇਵ ਘੋੜੇ 'ਤੇ ਚੜ੍ਹੇ,
ਉਹ ਧੀ ਨੂੰ ਕਿੰਨੀ ਖੁਸ਼ੀ ਚੜ੍ਹੀ ਜਿਹਦੇ ਹਿਰਦੇ 'ਚ ਚੀਸ ਸੀ ਕਿਤੇ ਮੇਰੀ ਡੋਲੀ ਮੇਰਾ ਬਾਪੂ ਤੋਰਦਾ। ਪਤਾ ਸਮਝ ਰਹੇ ਹੋ ਪੁੱਤ, ਮੇਰੀ ਡੋਲੀ ਤੋਰਦਾ। ਖੁਸ਼ੀਆਂ ਚੜ੍ਹ ਗਈਆਂ, ਭੱਜ ਕੇ ਡੋਲੇ 'ਚੋਂ ਨਿਕਲੀ। ਸਤਿਗੁਰੂ ਵੀ ਛਾਲ ਮਾਰ ਕੇ ਘੋੜੇ ਤੋਂ ਥੱਲੇ ਉਤਰੇ। ਗਲਵਕੜੀਆਂ ਪੈ ਗਈਆਂ, ਕਿਹਦੀਆਂ? ਪਿਓ ਅਤੇ ਧੀ ਦੀਆਂ। ਪਿਓ ਧੀ ਨੂੰ ਪਤਾ ਸੀ ਬਾਬਲ ਮੇਰਾ ਵੱਡ ਸਮਰੱਥਾ, ਕੋਈ ਛੋਟਾ ਮੋਟਾ ਨਹੀਂ, ਕਰਨ ਕਾਰਨ ਪ੍ਰਭ ਹਾਰਾ। ਬਾਬਲ ਮੇਰਾ ਇਸ ਤਰ੍ਹਾਂ ਦਾ ਹੈ, ਜਿਸ ਸਿਮਰਤ ਦੁੱਖ ਕੋਏ ਨਾ ਲਾਗੇ। ਬੋਲੋ ਹਾਂ ਭਲਾ, ਜਿਸ ਸਿਮਰਤ, ਖੁੱਲ੍ਹ ਕੇ ਨਹੀਂ ਬੋਲਦੇ, ਜਿਸ ਸਿਮਰਤ ਦੁੱਖ ਭਵ ਜਲ ਪਾਰ ਉਤਾਰਾ, ਭਵ ਜਲ। ਮੇਰਾ ਬਾਪੂ ਇਸ ਤਰ੍ਹਾਂ ਦਾ ਹੈ, ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ, ਉਸਤਤ ਕਰ ਕਰ, ਨਾਨਕ ਨਾਮ ਮਹਾਰਸ ਮੀਠਾ, ਅਨਦਿਨ ਮਨ ਤਨ ਪੀਵਾਂ, ਅਨਦਿਨ ਮਨ ਤਨ। ਗਲਵਕੜੀ ਪੈ ਗਈ ਅਤੇ ਬਾਪ ਨੇ ਕੁਝ ਬਚਨ ਪੁੱਛੇ। ਲੱਖ ਲੱਖ ਵਧਾਈਆਂ ਤੁਹਾਨੂੰ ਉਸ ਮੁਬਾਰਕ ਦਿਨ ਦੀਆਂ, ਆਖੋ ਵਾਹਿਗੁਰੂ। ਮਗਰ ਆ ਨੋਟ ਕਰ ਲਿਓ, ਪਰਉਪਕਾਰੀ ਕਿੱਡਾ ਸੀ। ਸਿਰ 'ਤੇ ਰੱਖਿਆ ਹੱਥ ਧੀ ਦੇ 'ਤੇ, ਨੇਤਰਾਂ 'ਚ ਨੇਤਰ ਗੱਡ 'ਤੇ, ਅਤੇ ਇੱਕ ਗੱਲ ਪੁੱਛੀ, ਧੀਏ ਅੱਜ ਤੂੰ ਸਾਡੇ ਕੋਲੋਂ ਸਹੁਰੇ ਘਰ ਚੱਲੀ ਹੈ, ਅਤੇ ਹਰ ਧੀ ਸਹੁਰੇ ਘਰ ਜਾਣ ਤੋਂ ਪਹਿਲੋਂ ਕੁਝ ਮਨ ਵਿੱਚ ਵਿਚਾਰ ਬਣਾਉਂਦੀ ਆ ਵੀ ਮੇਰਾ ਬਾਪ ਮੈਨੂੰ ਕੁਝ ਦਾਜ ਦੇਵੇ। ਹਰ ਧੀ ਦਾ ਹੁੰਦਾ, ਆਖੋ ਵਾਹਿਗੁਰੂ, ਮੇਰਾ ਬਾਪੂ ਮੈਨੂੰ ਕੋਈ ਦਾਜ ਦੇਵੇ। ਤੈਨੂੰ ਦਵਾਂ ਕੁਛ, ਘੋੜੇ ਲੈਨੀ ਹੈ, ਆਖੋ ਵਾਹਿਗੁਰੂ, ਘੋੜੇ ਲੈਨੀ ਹੈ। ਧੀ ਨੇ ਸਿਰ ਫੇਰਿਆ, ਨਹੀਂ ਬਾਪੂ ਘੋੜੇ ਨਹੀਂ ਚਾਹੀਦੇ, ਆਖੋ ਵਾਹਿਗੁਰੂ। ਰੱਥ ਲੈਨੀ ਹੈ, ਸੋਨਾ ਜਾਇਦਾਦਾਂ ਬਹੁਤ ਨੇ ਗੁਰੂ ਨਾਨਕ ਦੇ ਘਰ 'ਚ, ਦੱਸ ਤੇਰੀ ਝੋਲੀ ਕਰਕੇ ਭੇਜਾਂ। ਬਸ ਆਹ ਜਿਹੜਾ ਤੁਹਾਨੂੰ ਸ਼ਬਦ ਪੜ੍ਹਾਇਆ ਤੁਹਾਡੇ ਚੌਂਕੀਦਾਰ ਨੇ, ਧੀ ਨੇ ਗਲ 'ਚ ਪੱਲਾ ਪਾ ਲਿਆ, ਬਾਪੂ ਮੈਨੂੰ ਘੋੜੇ ਨਹੀਂ ਚਾਹੀਦੇ, ਤੂੰ ਇਹ ਨਾਮ ਦਾ ਦਾਤਾ। ਕੀ ਹੈ? ਉੱਚੀ ਬੋਲੋ ਨਾ। ਦੁਨਿਆਵੀ ਤੌਰ 'ਤੇ ਮੇਰਾ ਬਾਪ ਹੈ, ਮਗਰ ਸ੍ਰਿਸ਼ਟੀ 'ਚ ਨਾਮ ਦਾ ਦਾਤਾ ਹੈ। ਝੋਲੀ ਕਰਤੀ, ਆਪਣਾ ਨਾਮ ਜਪਾਵੋ, ਆਪਣਾ ਨਾਮ ਜਪਾਵੋ, ਆਪਣਾ ਨਾਮ ਮੰਗਿਓ, ਸਾਹਮਣੇ ਬੈਠੇ ਹੋਈ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਬਾਪੂ ਘੋੜੇ ਨਹੀਂ ਚਾਹੀਦੇ, ਤੁਸੀਂ ਵੀ ਕਦੀ ਆਣ ਕੇ ਇੱਥੇ ਮੇਰੀਆਂ ਬੱਚੀਆਂ ਆਖਿਓ, ਚੌਂਕੜਾ ਮਾਰਤੀ ਹੈ, ਮੇਰੀਆਂ ਧੀਆਂ ਆਖਿਓ, ਘੋੜੇ ਨਹੀਂ ਚਾਹੀਦੇ, ਗੱਡੀਆਂ ਨਹੀਂ ਚਾਹੀਦੀਆਂ। ਅੱਜ ਤੇਰੀ ਧੀ ਬਣ ਕੇ ਆਈ ਹਾਂ। ਗੁਰੂ ਹਰਗੋਬਿੰਦ ਸਾਹਿਬ ਨੂੰ ਬੀਬੀ ਵੀਰੋ ਕਹਿ ਰਹੀ ਸੀ, ਨਾਮ ਕੀ ਸੀ? ਅੱਜ ਕਹਿ ਰਹੀ ਸੀ, ਧੀ ਤਾਂ ਤੇਰੀ ਇਸ ਜਨਮ 'ਚ ਬਣੀ ਆ, ਮਗਰ ਮੋਹੇ ਪਰਦੇਸਣ, ਅਤੇ ਭਲਾ ਮੇਰਾ ਤੇਰੇ ਨਾਮ ਨੇ ਕਰਨਾ ਹੈ,
ਰੱਖ ਮੇਰੇ ਸਿਰ 'ਤੇ ਹੱਥ, ਧੀ ਦਾ ਪਿਆਰ ਤਾਂ ਦਿੱਤਾ ਹੀ, ਅੱਜ ਰੱਬੀ ਪਿਆਰ ਵੀ ਬਖਸ਼। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਗੁਰੂ ਦਾ ਰੱਬੀ ਪਿਆਰ ਆ। ਵਾਹਿਗੁਰੂ 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 ਵਾਹਿਗੁਰੂ। ਧੁਨੀ ਚੋਂ ਧੁਨੀ ਚੋਂ ਧੁਨੀ ਚੋਂ ਧੁਨ ਨਿਕਲਦੀ, ਗੁਰੂ 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 ਗੁਰੂ। ਜਿੰਦੇ ਰਹੋ, ਸਾਰਥਕ ਸਾਰਥਕ ਧੰਨ ਮੰਗੋ ਬਾਪੂ ਕੋਲੋਂ। ਗੁਰੂ ਵਾਹਿਗੁਰੂ 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 ਵਾਹਿਗੁਰੂ। ਜੀਂਦੇ ਰਹੋ, ਆਪਣੇ ਵਿੱਚ ਵੀ ਕੇ ਨਾਮ ਜਪੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਬਾਪੂ ਪੁੱਛਦਾ, ਬਾਪੂ ਪੁੱਛਦਾ, ਧੀਏ ਨਾਮ ਤੋਂ ਇਲਾਵਾ, ਨਾਮ ਤੋਂ ਕੁਛ ਮੰਗਦੀ ਹੈ? ਆ ਬੰਦ ਕਰਿਓ, ਕੁਛ ਮੰਗਦੀ ਹੈ? ਅਤੇ ਗੁੜਤੀ 'ਚ ਸੁਣਿਆ ਸੀ ਵੀ ਵਿਣ ਤੋਂ ਹੋਰ ਜੇ ਮੰਗਣਾ ਸਿਰ, ਤੁਸੀਂ ਵੀ ਨੋਟ ਕਰ ਲਓ, ਆਪਣੀ ਡਾਇਰੀ 'ਤੇ ਲਿਖੋ, ਇਸ ਘਰ 'ਚੋਂ ਆਣ ਕੇ ਨਾਮ ਤੋਂ ਬਿਨਾਂ ਜੋ ਕੁਛ ਮੰਗਣਾ ਹੈ, ਦੁੱਖ ਨਹੀਂ, ਦੁੱਖਾਂ ਦੇ ਸਿਰੇ ਦੇ ਦੁੱਖ ਮੰਗੇ ਨੇ ਲੋਕਾਂ ਨੇ। ਆਖੋ ਵਾਹਿਗੁਰੂ। ਅਤੇ ਬਾਪੂ ਨੇ ਫਿਰ ਕੁੱਟ ਕੇ ਗਲਣਾ ਲਾ ਕੇ, ਧੀ ਸੀ 7.5 ਫੁੱਟ ਉੱਚਾ ਬਾਪ, ਕਿੰਨਾ 7.5 ਫੁੱਟ ਉੱਚਾ ਜਿਹਦਾ ਪਿਓ, ਅਤੇ ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਇੱਥੋਂ ਦਾ ਵੀ ਪਾਤਸ਼ਾਹ ਅਤੇ ਉੱਥੋਂ ਦਾ ਵੀ ਪਾਤਸ਼ਾਹ। ਗੱਲ ਨਾ ਲਾ ਕੇ ਪੁੱਛਦਾ, ਪੁੱਤ ਮੈਂ ਖੁਸ਼ ਹੋਇਆ ਤੂੰ ਨਾਮ ਦਾ ਧੰਨ ਮੰਗਿਆ, ਤੂੰ ਬਾਬੇ ਨਾਨਕ ਦੀ ਫਿਲੋਸਫੀ ਨੂੰ ਫੜ ਲਿਆ। ਸਾਡੇ 'ਚੋਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਬਾਬੇ ਨਾਨਕ ਦੀ ਫਿਲੋਸਫੀ ਨੂੰ ਨਹੀਂ ਪਛਾਣਿਆ। ਵਿਸਰ ਨਹੀਂ ਦਿੱਤਾਰ ਕਿੱਥੇ ਬੰਗ ਰਹਿ ਗਈ। ਚਲੋ ਖੈਰ, ਸਮਾਂ ਥੋੜ੍ਹਾ ਦੌੜ ਗਿਆ। ਆਖੋ ਹੇ ਗੁਰੂ, ਗੱਜ ਕੇ ਬੋਲੋ ਨਾ। ਫਿਰ ਬਚਨ ਕੀਤੇ ਕੁਝ ਗੁਰੂ ਹਰਗੋਬਿੰਦ ਸਾਹਿਬ ਨੇ ਧੀ ਨਾਲ,
ਦਾਜ ਦੇਣ ਲੱਗੇ ਨੇ। ਉਹਨੇ ਆਖਿਆ ਮਹਾਰਾਜ ਮੈਨੂੰ ਦਾਜ ਨਹੀਂ ਚਾਹੀਦਾ, ਮੈਨੂੰ ਤੁਹਾਡੇ ਨਾਮ ਦਾ ਧਨ ਚਾਹੀਦਾ। ਅਤੇ ਧੀ ਨੂੰ ਗਲ ਨਾਲ ਲਾ ਕੇ ਫਿਰ ਨੇਤਰਾਂ 'ਚ ਨੇਤਰ ਪਏ, ਵੀਰੋ ਜੇ ਤੂੰ ਦੁਨਿਆਵੀ ਧਨ ਨਹੀਂ ਨਾ ਮੰਗਿਆ ਤਾਂ ਤੇਰਾ ਬੜਾ ਪ੍ਰਤਾਪ ਵਧੂਗਾ, ਸੱਚਮੁੱਚ ਤੁਹਾਨੂੰ ਵੀ ਕਹੂ, ਜਿੱਦਣ ਤੁਸੀਂ ਇੱਥੋਂ ਕੁਛ ਨਾ ਮੰਗੋਗੇ ਨਾਮ ਤੋਂ ਬਿਨਾਂ, ਅਤੇ ਤੁਹਾਡਾ ਵੀ ਵੀਰੋ ਵਾਂਗੂ ਬਹੁਤ ਪ੍ਰਤਾਪ ਵਧੂ। ਚੀਜ਼ਾਂ ਹੀ ਉਹ ਮੰਗ ਲਈਆਂ ਜਿਹੜੀਆਂ ਪ੍ਰਤਾਪ ਘਟਾਉਂਦੀਆਂ ਨੇ, ਪ੍ਰਤਾਪ ਉਹ ਚੀਜ਼ਾਂ ਮੰਗ ਲਈਆਂ ਇੱਥੋਂ। ਜਿੱਦਣ ਤੁਸੀਂ ਕਦੀ ਤਿਆਰ ਬਰ ਤਿਆਰ ਰੈਡੀ ਹੋ ਕੇ ਬਾਪੂ ਨੂੰ ਆਖਿਆ ਨਾ ਕੁਛ ਨਹੀਂ ਚਾਹੀਦਾ, ਅਤੇ ਤੁਹਾਨੂੰ ਵੀ ਕਹੂਗਾ ਕੁਲਜੀਤ ਕੌਰੇ ਤੇਰਾ ਬਹੁਤ ਪ੍ਰਤਾਪ ਵਧੂ। ਅਤੇ ਪ੍ਰਤਾਪ ਦੇ ਬਚਨ, ਧੀ ਨੇ ਨੇਤਰਾਂ 'ਚੋਂ ਨੇਤਰਾਂ ਪੁੱਛਿਆ ਵੀ ਬਾਪੂ ਮੈਨੂੰ ਥੋੜ੍ਹੀ ਜਿਹੀ ਵਿਆਖਿਆ ਕਰ ਦੇ। ਆਖੋ ਵਾਹਿਗੁਰੂ, ਵੀਰੋ ਤੇਰੀ ਕੁੱਖ ਦੇ ਵਿੱਚੋਂ ਬੜੇ ਬੜੇ ਸੂਰਮੇ ਪੈਦਾ ਹੋਣਗੇ। ਆਹ ਪ੍ਰਤਾਪ ਵਧਾਉਣ ਲੱਗਾ ਪਿਓ, ਇੱਕ ਧੀ ਦਾ ਪ੍ਰਤਾਪ ਇਹ ਨਹੀਂ ਕਹਿਣ ਲੱਗਾ ਵੀ ਤੇਰੀ ਬੜੀ ਜੈ ਜੈਕਾਰ ਹੋ ਗਈ, ਤੈਨੂੰ ਲੋਕ ਮੱਥੇ ਟੇਕਣਗੇ, ਤੇਰੀ ਕੁੱਖੋਂ ਬੜੇ ਬੜੇ ਸੂਰਮੇ ਪੈਦਾ ਹੋਣਗੇ ਜਿਨ੍ਹਾਂ ਨੂੰ ਦੁਨੀਆ ਯਾਦ ਕਰੂਗੀ ਇਤਿਹਾਸ ਵਿੱਚ। ਅਤੇ ਪੰਗਾਣੀ ਦੀ ਜੰਗ ਵਿੱਚ ਬੀਬੀ ਵੀਰੋ ਦੇ ਪੁੱਤਰ ਸੂਰਮਿਆਂ ਵਾਂਗ ਛਾਤੀ ਡਾਹ ਕੇ ਲੜੇ, ਉਹ ਬਚਨ ਗੁਰੂ ਹਰਗੋਬਿੰਦ ਸਾਹਿਬ ਦਾ ਪੂਰਾ ਹੋਇਆ। ਅਤੇ ਤੁਹਾਡੇ ਅੰਦਰ ਇੱਕ ਕੁਐਸਚਨ ਪੈਦਾ ਹੋ, ਆਖੋ ਵਾਹਿਗੁਰੂ ਵੀ ਉਹ ਤਾਂ ਧੀ ਸੀ ਅਤੇ ਉਹਨੂੰ ਇੰਨਾ ਕੁਝ ਦੇ ਦਿੱਤਾ। ਸੁਣੋ, ਆਉਂਦਾ ਨਾ ਕੁਐਸਚਨ ਵੀ ਉਹ ਧੀ ਸੀ ਅਤੇ ਹੋਰ ਵੀ ਤਾਂ ਧੀਆਂ ਹੀ ਨੇ, ਸਾਰੀਆਂ ਹੀ ਉਹਦੀਆਂ ਧੀਆਂ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇੱਕ ਸਿੱਖ ਨੇ ਉਹਦੀਆਂ 5 ਧੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਆ, ਪੜ੍ਹ ਕੇ ਵੇਖਿਓ। 5 ਧੀਆਂ ਅਤੇ ਗਰੀਬ ਜ਼ਿਮੀਂਦਾਰ ਦੇ ਘਰ 'ਚ ਪੈਦਾ ਹੋ ਗਈਆਂ। ਉਹ 5 ਧੀਆਂ ਨੂੰ, ਗਰੀਬ ਨੂੰ ਪਤਾ ਸੀ ਮੇਰੇ ਕੋਲ ਦੇਣ ਲਈ ਕੁਝ ਨਹੀਂ, ਉਹਨੇ ਪੋਟਿਆਂ 'ਤੇ ਬੁਲਾ ਬੁਲਾ ਕੇ ਜਪਜੀ ਸਾਹਿਬ ਕੰਠ ਕਰਾਇਆ। ਕਿੰਨੇ? ਗਰੀਬ ਬਾਪ ਨੇ। ਫਿਰ ਆਨੰਦ ਸਾਹਿਬ ਉਹਨੂੰ ਯਾਦ ਕਰਾਇਆ, ਸਿੱਧ ਗੋਸ਼ਟ ਯਾਦ ਕਰਾਈ, ਜਿੰਨੀਆਂ ਵੱਡੀਆਂ ਵੱਡੀਆਂ ਬਾਣੀਆਂ ਸੀ ਧੀ ਨੂੰ ਕੰਠ ਕਰਾਈਆਂ, 1 ਨੂੰ, 2 ਨੂੰ, 3 ਨੂੰ। ਜਿੱਦਣ ਪਹਿਲੇ ਨੰਬਰ ਵਾਲੀ ਦਾ ਵਿਆਹ ਰੱਖਿਆ ਗਿਆ, ਆਖੋ ਵਾਹਿਗੁਰੂ, ਅਤੇ ਤੋਰਤੀ ਅਤੇ ਸਹੁਰੇ ਘਰ ਗਈ ਧੀ, ਸਮਝ ਰਹੇ ਹੋ ਨਾ, ਟਿਕੇ ਹੋ ਨਾ, ਸਹੁਰੇ ਘਰ ਜਾ ਕੇ ਉਹਦਾ ਡੋਲਾ ਉਤਰਿਆ। ਉਹ ਹੁਣ ਅੰਮ੍ਰਿਤ ਵੇਲੇ ਦੀ ਅਭਿਆਸੀ ਸੀ। ਕੌਣ? ਉਹ ਧੀ ਜਿਹੜੀ ਜ਼ਿਮੀਂਦਾਰ ਦੀ। ਉਹਨੇ ਜਾਂਦੀ ਨੇ ਆਪਣੀ ਸੱਸ ਨੂੰ ਆਖਿਆ, ਮਾਂ ਮੈਂ ਆਪਣਾ ਘਰ 'ਤੇ ਛੱਡ ਆਈ ਅਤੇ ਤੈਨੂੰ ਮਾਂ ਜਾਣ ਕੇ, ਹੁਣ ਮੈਂ ਤੈਨੂੰ ਮਾਂ ਮੰਨ ਕੇ ਇੱਥੇ ਰਹਿਣਾ। ਉਦੋਂ ਕਿਹੜੀਆਂ ਗੱਡੀਆਂ ਟੈਲੀਫੋਨ ਹੁੰਦੇ ਸੀ, ਦੂਰ ਦੂਰ ਵਿਆਹ ਦਿੰਦੇ ਸੀ ਲੋਕ ਧੀਆਂ। ਆਖੋ ਵਾਹਿਗੁਰੂ, ਕਦੀ ਕਦੀ ਜ਼ਿੰਦਗੀ 'ਚ ਮੇਲ ਹੁੰਦੇ ਸੀ ਦੁਬਾਰਾ। ਮਾਂ ਮੈਂ ਤੈਨੂੰ ਮਾਂ ਜਾਣ ਕੇ ਆ ਗਈ ਹਾਂ ਅਤੇ ਮੈਂ ਤੇਰੇ ਕੋਲ ਇੱਕ ਦਾਤ ਮੰਗਦੀ ਹਾਂ ਵੀ ਮੈਨੂੰ 1 ਕੜਾ ਪਾਣੀ ਦਾ ਕਿਤਿਓਂ ਦੇ, ਮੈਂ 1 ਵਜੇ ਇਸ਼ਨਾਨ ਕਰਨਾ ਹੈ। ਆਖੋ ਵਾਹਿਗੁਰੂ, ਕਰਦੀਆਂ ਨਹੀਂ ਨਾ ਤਾਂ ਨਹੀਂ ਤੁਹਾਡੇ ਮੂੰਹ 'ਚੋਂ ਨਿਕਲਿਆ ਵਾਹਿਗੁਰੂ ਵਾਹਿਗੁਰੂ। ਇਹ ਤਾਂ ਕਿਸੇ ਉਹਨੂੰ ਅਭਿਆਸੀ ਨੂੰ ਪੁੱਛੋ ਜਿਹੜਾ 1 ਵਜੇ ਉੱਠਦਾ ਹੈ, ਉਹਨੂੰ ਪਤਾ ਉਹਦੇ 'ਚ ਕੀ ਰਸ। ਮੈਂ ਰਸ ਚਵਾਇਆ, ਰਸ ਮੈਂ, ਉੱਚੀ ਬੋਲੋ, ਰਸ ਮੈਂ, ਇਸ ਰਸ ਦੇ ਵਿੱਚੋਂ ਕਿਤਨਾ ਰਸ ਚੁੰਦਾ ਹੈ ਵਾਹਿਗੁਰੂ ਜਾਪ ਦੇ। ਜਿਹੜੀ ਕੋਈ 1 ਵਜੇ 1:30 ਵਜੇ ਆਤਮਾ ਉੱਠ ਕੇ ਨਾਮ ਜਪਦੀ। ਉਹਨੇ ਆਖਿਆ, ਬਾਪੂ ਮਾਤਾ ਮੈਨੂੰ 1 ਪਾਣੀ ਦਾ ਕੜਾ ਚਾਹੀਦਾ।
ਸੱਸ ਨੇ ਦੀਵਾ ਜਗਾਉਂਦੀ ਸੀ ਮੁਸਲਮਾਨ ਫਕੀਰ ਦਾ, ਆਖੋ ਵਾਹਿਗੁਰੂ ਬਹਿ ਜਾ ਆਰਾਮ ਨਾ, ਸਾਡੇ ਘਰ ਕੋਈ ਨਹੀਂ ਬਾਣੀ ਪੜ੍ਹਦਾ, ਸਾਡੇ ਘਰ ਕੋਈ ਨਹੀਂ ਉੱਠਦਾ, ਆਰਾਮ ਨਾਲ ਸੌਂ ਜਾ, ਇੱਥੇ ਪਾਣੀ ਨਹੀਂ ਮਿਲਣਾ। ਸਹੁਰੇ ਕੋਲ ਗਈ, ਆਖੋ ਵਾਹਿਗੁਰੂ, ਸਹੁਰੇ ਨੂੰ ਜਾ ਕੇ ਆਖਿਆ ਬਾਪੂ ਆਪਣਾ ਬਾਪ ਛੱਡ ਆਈ ਹਾਂ, ਤੈਨੂੰ ਬਾਪ ਮੰਨ ਕੇ ਤੇਰੇ ਘਰ 'ਚ ਆਈ ਹਾਂ, ਇੱਕ ਕੜਾ ਬੋਲੋ ਪਾਣੀ ਦਾ ਕਿਤੇ ਪ੍ਰੋਵਾਈਡ ਕਰਾ ਦੇ, ਜਿਹਦੇ ਨਾਲ ਮੈਂ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਰੱਬ ਦਾ ਨਾਮ ਜਪ ਸਕਾਂ। ਉਹਨੇ ਵੀ ਦਬਕਤੀ, ਉਹਨੇ ਵੀ ਝਿੜਕਤੀ, ਘਰ ਵਾਲੇ ਕੋਲ ਗਈ, ਸਾਈਆਂ ਚਾਰ ਲਾਵਾਂ ਲੈ ਕੇ ਤੇਰੇ ਪਿੱਛੇ ਆ ਗਈ, ਇੱਕ ਘੜਾ ਪਾਣੀ ਦਾ, ਉਹਨੇ ਵੀ ਦਬਕਾ ਮਾਰ। ਬਸ ਜਿਹੜਾ ਪਾਣੀ ਪੀਣ ਨੂੰ ਕਿਤੇ ਕੌਲੀ ਦਿੱਤਾ ਸੀ ਉਹਦੇ ਨਾਲ ਅੱਖਾਂ ਧੋਤੀਆਂ, ਬੁੱਲ ਸੁੱਚੇ ਕੀਤੇ, ਬਹਿ ਗਈ ਚੌਂਕੜਾ ਮਾਰ ਕੇ, ਪੜ੍ਹ ਲਈਆਂ ਕਿਤੇ ਅੰਮ੍ਰਿਤਮਈ ਅਵਸਥਾ ਵਿੱਚ ਜਾ ਕੇ ਪੰਜੇ ਬਾਣੀਆਂ ਜਿਹੜੀਆਂ ਜਿਹੜੀਆਂ ਉਹ ਕੰਠ ਸੀ। ਉੱਠੀ, ਚੁੱਲ੍ਹੇ ਵੱਲ ਲੱਗ ਗਈ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਸੱਸ ਸੜਦੀ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਇਤਿਹਾਸਿਕ ਕਥਾ ਹੈ। ਆਖੋ ਵਾਹਿਗੁਰੂ, ਸੱਸ ਸੜਦੀ ਵੇਖ ਕੇ, ਕਿਉਂਕਿ ਜਿਹੜੀ ਦੀਵਾ ਜਗਾਉਣ ਵਾਲੀ ਉਹਨੂੰ ਗੁਰੂ 'ਤੇ ਕਿੱਥੇ ਭਰੋਸਾ। ਇੱਕ ਦਿਨ ਸੜੀ, ਕਹਿੰਦੀ ਮੈਂ ਨਹੀਂ ਜਾਣਾ, ਤੇਰੇ ਖਸਮ ਦੀ ਰੋਟੀ ਲੈ ਕੇ ਤੂੰ ਜਾ, ਇੱਧਰਾਂ ਦੇ ਬੋਲ ਬੋਲੇ, ਇੱਧਰਾਂ ਹੀ ਲਿਖਿਆ, ਤੇਰੇ ਖਸਮ ਦੀ ਰੋਟੀ ਲੈ ਕੇ ਮੈਂ ਨਹੀਂ ਜਾਣਾ, ਖੇਤਾਂ ਵਿੱਚ ਤੂੰ ਜਾ। ਕੁੜੀ ਨੇ ਰੋਟੀ ਸਿਰ 'ਤੇ ਰੱਖ ਲਈ, ਪਤਾ ਜੇ ਪਿੰਡਾਂ 'ਚੋਂ ਆਈਆਂ ਜੇ, ਸਿਰ 'ਤੇ ਰੱਖ ਲਿਆ ਲੱਸੀ ਦਾ ਕੁੱਜਾ, ਉੱਤੇ ਪ੍ਰਸ਼ਾਦਾ ਰੱਖ ਲਿਆ ਅਚਾਰ ਨਾਲ, ਅਤੇ ਘਰਦੇ ਦਾ ਪ੍ਰਸ਼ਾਦਾ ਲੈ ਕੇ ਤੁਰ ਪਈ। ਰਸਤੇ ਵਿੱਚ ਕੀ ਵੇਖਦੀ ਵੀ ਆਸਾ ਦੀ ਵਾਰ ਦੀ ਆਵਾਜ਼ ਆ ਰਹੀ। ਗੁਰੂ ਕੇ ਸਿੱਖੋ, ਜੇ ਤਾਂ ਕਿਤੇ ਜੁੜੇ ਹੋਏ ਬੜੀਆਂ ਚੋਟਾਂ ਵੱਜ ਸਕਦੀਆਂ, ਅਤੇ ਇੱਕ ਚੋਟ ਹੀ ਜੀਵਨ ਬਦਲ ਦਿੰਦੀ, ਇੱਕੋ ਹੀ ਚੋਟ ਸੱਚੀ ਮੁੱਚੀ। ਤੁਸੀਂ ਤੁਰੇ ਜਾਂਦੇ ਹੋ, ਤੁਹਾਨੂੰ ਠੇਡਾ ਲੱਗਾ ਹੈ, ਆਖੋ ਵਾਹਿਗੁਰੂ, ਅਤੇ ਜਦੋਂ ਠੇਡਾ ਲੱਗ ਕੇ ਅੰਗੂਠਾ ਪਾਟ ਜਾਵੇ ਫਿਰ ਵੀ ਬੇਧਿਆਨੇ ਤੁਰਦੇ ਹੋ, ਧਿਆਨ ਰੱਖਦੇ ਕਿ ਨਹੀਂ? ਬਸ ਕਿਤੇ ਅਰਦਾਸ ਕਰੋ ਤੁਹਾਨੂੰ ਅਤੇ ਮੈਨੂੰ ਵੀ ਕਿਤੇ ਠੇਡਾ ਲੱਗ ਜਾਏ, ਅਸੀਂ ਵੀ ਧਿਆਨ ਲਾ ਲਈਏ। ਉਹਨੇ ਕੁੜੀ ਨੇ ਵੇਖਿਆ ਵੀ ਬਹੁਤ ਸੁੰਦਰ ਸ਼ਮਿਆਨਾ ਲੱਗਾ ਹੈ, ਅਤੇ ਸ਼ਮਿਆਨੇ ਦੇ ਵਿੱਚੋਂ ਸ੍ਰੀ ਆਸਾ ਕੀ ਵਾਰ ਦੀ ਆਵਾਜ਼ ਆ ਰਹੀ। ਕੋਲ ਪਹੁੰਚੀ, ਰੋਟੀ ਲੈ ਕੇ ਚੱਲੀ ਪਤੀ ਦੀ, ਮਗਰ ਉੱਥੇ ਪਹੁੰਚ ਗਈ। ਉੱਥੇ ਜਾ ਕੇ ਕੋਈ ਬਜ਼ੁਰਗ ਖਲੋਤਾ ਵਰਛਾ ਫੜ ਕੇ, ਆਖੋ ਵਾਹਿਗੁਰੂ, ਕੋਈ ਬਜ਼ੁਰਗ ਵਰਛਾ ਫੜ ਕੇ ਖਲੋਤਾ, ਨੂਰੋ ਨੂਰ ਚਿਹਰਾ, ਅਤੇ ਉਹਨੂੰ ਜਾ ਕੇ ਕਹਿੰਦੀ ਬਾਪੂ ਜੀ ਤੁਹਾਡਾ ਨਾਮ ਕੀ ਹੈ? ਧੀ ਪੁੱਛਦੀ, ਸਿੱਖ ਗਰੀਬ ਦੀ ਧੀ ਪੁੱਛਦੀ ਵੀ ਤੁਹਾਡਾ ਨਾਮ ਕੀ ਹੈ? ਅਤੇ ਚਿੱਟੇ ਦਾੜੇ 'ਤੇ ਹੱਥ ਫੇਰ ਕੇ ਉਹ ਬਜ਼ੁਰਗ ਕਹਿੰਦਾ ਪੁੱਤਰ ਮੇਰਾ ਨਾਮ ਬਾਬਾ ਬੁੱਢਾ ਸਾਹਿਬ ਹੈ, ਮੈਨੂੰ ਬਾਬਾ ਬੁੱਢਾ ਜੀ ਕਹਿੰਦੇ। ਅੱਛਾ, ਮੇਰਾ ਬਾਪੂ ਗੱਲਾਂ ਸੁਣਾਉਂਦਾ ਹੁੰਦਾ ਹੈ ਵੀ ਉੱਥੇ ਦਰਬਾਰ ਵਿੱਚ ਇੱਕ ਬਾਬਾ ਬੁੱਢਾ ਸਾਹਿਬ ਨੇ, ਅਤੇ ਆਹ ਕੁੰਡੀਆਂ ਮੁੱਛਾਂ ਵਾਲਾ ਐਡਾ ਉੱਚਾ ਲੰਬਾ ਨੌਜਵਾਨ ਜਿਹਦੇ ਹੱਥ ਵਿੱਚ ਵਰਸ਼ਾ, ਇਹ ਕੌਣ? ਅਤੇ ਬਾਪੂ ਨੇ ਦੱਸਿਆ ਪੁੱਤ ਇਹਨੂੰ ਭਾਈ ਵਿਧੀ ਚੰਦ ਕਹਿੰਦੇ। ਧੀ ਨੇ ਸੁਣਿਆ ਵੀ ਇਹ ਬਚਨ ਤਾਂ ਮੈਂ ਕਿਤੇ ਸੁਣੇ ਨੇ, ਬਾਬਾ ਬੁੱਢਾ ਸਾਹਿਬ ਦਾ ਵੀ ਨਾਂ ਸੁਣਿਆ ਬਾਪੂ ਤੋਂ, ਅਤੇ ਭਾਈ ਵਿਧੀ ਚੰਦ ਦਾ, ਉੱਚੀ ਬੋਲੋ, ਵਿਧੀ ਚੰਦ ਦਾ ਵੀ ਨਾਮ ਸੁਣਿਆ। ਝਾਤੀ ਮਾਰੀ ਜੇ ਕੋ, ਉੱਥੋਂ ਖਲੋ ਕੇ ਕੋ ਅੰਦਰ ਝਾਤੀ ਮਾਰੇ, ਉੱਥੋਂ ਤੰਬੂ 'ਚ ਝਾਤੀ ਮਾਰੀ ਅਤੇ ਵੇਖਿਆ ਕੋਈ ਵੱਡੇ ਸਾਰੇ ਪਲੰਘ 'ਤੇ ਬੈਠਾ ਸੀ ਜਿਹਦੇ ਮੋਢੇ 'ਤੇ ਚਿੱਟਾ ਬਾਜ ਬੈਠਾ ਸੀ। ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ, ਮੋਢੇ 'ਤੇ ਚਿੱਟਾ ਬਾਜ ਬੈਠਾ ਸੀ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ,
ਅਤੇ ਬੜਾ ਵੱਡਾ ਜੋਧਾ। ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ ਆਪਦੇ ਗਿਆਨ ਪ੍ਰਤੀ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਦੋ ਗੁਰੂ ਸਾਹਿਬਾਨ ਇਸ ਤਰ੍ਹਾਂ ਦੇ ਹੋਏ ਜਿਹੜੇ ਕਦੀ ਚੌਂਕੜਾ ਮਾਰ ਕੇ ਨਹੀਂ ਸੀ ਬੈਠੇ, ਬੀਰ ਆਸਣ ਬਹਿੰਦੇ ਸੀ, ਇੱਕ ਗੋਡਾ ਥੱਲੇ ਲਾ ਕੇ ਇੱਕ ਗੋਡਾ ਉੱਚੇ ਚੁੱਕ ਕੇ ਜਦੋਂ ਬਹਿੰਦੇ ਸੀ ਵੀਰ ਆਸਣ ਬਹਿੰਦੇ ਸੀ ਕਿ ਸੂਰਮੇ ਸੀ, 24 ਘੰਟੇ ਤਿਆਰ। ਆਖੋ ਵਾਹਿਗੁਰੂ। ਐਸੀ ਕਿਰਪਾ ਹੋਈ, ਉਹ ਬਾਪੂ ਨੂੰ ਪੁੱਛਦੀ, ਬਾਪੂ ਤੇਰਾ ਨਾਮ ਬਾਬਾ ਬੁੱਢਾ ਸਾਹਿਬ, ਇਸ ਵੀਰ ਦਾ ਨਾਮ ਭਾਈ, ਉਹ ਜਿਹੜਾ ਅੰਦਰ ਤਖ਼ਤ 'ਤੇ ਬੈਠਾ ਹੈ ਉਹ ਕੌਣ ਆ? ਵੇਖਿਆ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਦੀ? ਹੁਣ ਵਾਲੀਆਂ ਕਹਾਣੀਆਂ ਨੇਗੀਆਂ ਵੀ ਭੱਜੋ ਅਤੇ ਗੁਰਦੁਆਰੇ ਆ ਜਾਓ ਅਤੇ ਸਾਹਿਬ ਦੇ ਦੀਦਾਰ ਕਰ ਲਓ। ਇਹ ਘਰ ਘਰ ਅੰਦਰ ਧਰਮਸਾਲ ਹੁਣ ਬਣ ਗਈ, ਹਾਲੇ ਵੀ ਬਦ ਨਸੀਬ ਦਰਸ਼ਨ ਨਹੀਂ ਕਰਦੇ। ਉਦੋਂ ਜਦੋਂ ਪੁੱਛਿਆ ਉਹ ਕੌਣ ਆ, ਤਾਂ ਬਾਬੇ ਨੇ ਆਖਿਆ, ਪੁੱਤਰ ਉਹ ਬੇਗਮਪੁਰੇ ਦਾ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੈਠਾ ਹੈ। ਭੱਜੀ ਗਈ, ਬਾਪੂ ਮੈਂ ਦਰਸ਼ਨ ਕਰ ਲਾਂ, ਰੋਟੀ ਤਾਂ ਲੈ ਕੇ ਚੱਲੀ ਪਤੀ ਦੀ, ਭੱਜ ਕੇ ਦਰਸ਼ਨ ਕਰ ਲਾਂ। ਆ ਗਈ, ਮੱਥਾ ਟੇਕਿਆ, ਆਖੋ ਵਾਹਿਗੁਰੂ, ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੇ ਅਸੀਸ ਦਿੱਤੀ ਅਤੇ ਪੁੱਛਿਆ, ਪੁੱਤ ਕਿੱਥੇ ਚੱਲੀ ਹੈ? ਸਤਿਗੁਰੂ ਜੀ, ਪਤੀ ਦੀ ਰੋਟੀ ਲੈ ਕੇ ਚੱਲੀ, ਪ੍ਰਸ਼ਾਦਾ ਲੈ ਕੇ ਚੱਲੀ। ਇਸ ਤਰ੍ਹਾਂ ਹੱਥ ਫੇਰ ਕੇ ਗੁਰੂ ਹਰਗੋਬਿੰਦ ਸਾਹਿਬ, ਵੇਖੋ ਕਿੱਡੀ ਭਾਗਾਂ ਵਾਲੀ ਸੀ, ਢਿੱਡ 'ਤੇ ਹੱਥ ਫੇਰ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਪੂ ਨੂੰ ਨਹੀਂ ਛਕਾਏਂਗੀ ਪ੍ਰਸ਼ਾਦਾ? ਅਤੇ ਧੀ ਨੇ ਕੁੱਜਾ ਅਤੇ ਪ੍ਰਸ਼ਾਦੇ ਥੱਲੇ ਰੱਖ ਲਏ ਤਖ਼ਤ 'ਤੇ, ਅਤੇ ਦੋ ਪ੍ਰਸ਼ਾਦੇ ਕੱਢ ਕੇ ਅਚਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖਦੇ। ਅਤੇ ਗੁਰੂ ਹਰਗੋਬਿੰਦ ਸਾਹਿਬ ਜਵਾਨ ਬੜੇ ਸੀ, ਦੋਵਾਂ ਰੋਟੀਆਂ ਨੂੰ ਐਂ ਲੇਟ ਕੇ ਅਤੇ ਮੂੰਹ ਦੇ ਵਿੱਚ ਖਾ ਕੇ, ਅਤੇ ਕਹਿੰਦੇ ਸਿਰ 'ਤੇ ਕੁੱਜੇ 'ਚ ਕੀ ਆ? ਕਹਿੰਦੀ, ਬਾਪੂ ਜੀ ਲੱਸੀ ਆ। ਲੱਸੀ ਨਹੀਂ ਪਿਆਏਂਗੀ? ਆਖੋ ਵਾਹਿਗੁਰੂ। ਉਹਦੇ ਕੋਲੋਂ ਲੈ ਕੇ ਅੱਧਾ ਕੁੱਜਾ ਸਤਿਗੁਰੂ ਜੀ ਲੱਸੀ ਦਾ ਪੀ ਗਿਆ। ਕਹਿੰਦੇ ਜਾ ਹੁਣ ਪਤੀ ਨੂੰ ਰੋਟੀ ਖਵਾ। ਇਹਦਾ ਸਾਰਾ ਟੱਬਰ ਦੀਵਾ ਜਗਾਉਣ ਵਾਲਾ, ਪੀਰ ਨੂੰ ਮੰਨਣ ਵਾਲਾ ਸੀ। ਆਖੋ ਵਾਹਿਗੁਰੂ। ਘਰ ਵਾਲੇ ਨੇ ਜਾਂਦਿਆਂ ਸੁਣੀ ਧੀਏ, ਘਰ ਵਾਲੇ ਨੇ ਜਾਂਦਿਆਂ ਆਖਿਆ, ਤੂੰ ਤਾਂ ਇੰਨੀ ਲੇਟ ਹੋ ਗਈ ਹੈ ਰੋਟੀ ਲੈ ਕੇ ਆਉਂਦੀ। ਉਹਨੇ 2-3 ਪ੍ਰਾਣੀਆਂ ਉਸ ਬੱਚੀ ਦੇ ਲੱਕ 'ਚ ਮਾਰਤੀਆਂ। ਤੁਹਾਨੂੰ ਨਹੀਂ ਪਤਾ ਹੋਣਾ ਪ੍ਰਾਣੀਆਂ, ਸੋਟੀਆਂ ਲੱਕ 'ਚ ਮਾਰਤੀਆਂ। ਉਹਨੇ ਧੀ ਨੇ ਬੜੇ ਠੰਮੇ ਨਾਲ ਆਖਿਆ, ਬਾਣੀ ਪੜ੍ਹਨ ਵਾਲੀ ਨੇ ਆਖਿਆ, ਮੈਂ ਤੇਰੀਆਂ ਪਤਨੀ, ਤੇਰੇ ਹੱਥੋਂ ਮੌਤ ਵੀ ਹੋ ਜੂਗੀ ਅਤੇ ਮੈਂ ਸੁਹਾਗਣ ਖਵਾਉਂਗੀ, ਕੋਈ ਗੱਲ ਨਹੀਂ, ਮੈਨੂੰ ਗੁੱਸਾ ਨਹੀਂ, ਤੂੰ ਰੋਟੀ ਮੈਨੂੰ ਮਾਰਿਆ, ਮਗਰ ਮੈਂ ਤੈਨੂੰ ਬੇਨਤੀ ਕਰਦੀ, ਪ੍ਰਸ਼ਾਦਾ ਪਹਿਲੋਂ ਛਕ ਲਾ। ਕੁੜੀ ਨੂੰ ਪਤਾ ਸੀ ਇਸ ਲੱਸੀ ਨੂੰ ਮੂੰਹ ਲੱਗਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ, ਜਦੋਂ ਪੀਊਗਾ ਲੱਸੀ ਜ਼ਿੰਦਗੀ ਬਦਲ ਜੂਗੀ। ਆਖੋ ਵਾਹਿਗੁਰੂ। ਉਹਨੇ ਪ੍ਰਸ਼ਾਦਾ ਛਕਿਆ, ਕਹਿੰਦੀ ਲੱਸੀ ਪੀ ਲਾ। ਲੱਸੀ ਪੀਂਦਿਆਂ ਸਾਰੀ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ 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 ਰੋਮ ਰੋਮ 'ਚੋਂ ਵਾਹਿਗੁਰੂ 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 ਫੁਹਾਰੇ ਛੁੱਟ ਪਏ ਫੁਹਾਰੇ
ਵਾਹਿਗੁਰੂ 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 ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਘਰ ਵਾਲਾ ਪੁੱਛਦਾ ਕੀ ਕਰਾਂ ਮਾਤੋ ਜੀ, ਮੈਂ ਭਾਗਾਂ ਵਾਲੀ ਹੈ ਕਦੀ ਇਸ ਤਰ੍ਹਾਂ ਦਾ ਆਨੰਦ ਨਹੀਂ ਸੀ ਵੇਖਿਆ। ਅੱਜ ਰੋਟੀ ਕਿੰਨੇ ਪਕਾਈ? ਕਹਿੰਦੀ ਰੋਟੀ ਤਾਂ ਮੈਂ ਹੀ ਬਣਾਈ, ਰੋਟੀ ਤਾਂ ਮੈਂ 5-7 ਦਿਨ ਤੋਂ ਤੇਰੇ ਹੱਥੋਂ ਖਾ ਰਿਹਾ, ਮਗਰ ਅੱਜ ਦੇ ਆਨੰਦ ਵਿੱਚ ਕੀ ਛੁਪਿਆ ਹੈ? ਜਦੋਂ ਪੁੱਛਿਆ ਅੱਜ ਦੇ ਆਨੰਦ ਵਿੱਚ ਕੀ ਛੁਪਿਆ ਹੈ, ਤਾਂ ਧੀ ਰਾਣੀ ਨੇ ਆਖਿਆ ਛੇਤੀ ਦੌੜ, ਜੇ ਤੇਰੇ ਅੰਦਰ ਕੋਈ ਚਿਣਗ ਲੱਗ ਗਈ ਹੈ ਤਾਂ ਕਿਤੇ ਉਹ ਆਪਣਾ ਸਮਾਨ ਚੁੱਕ ਕੇ ਅੱਗੇ ਨਾ ਤੁਰ ਜਾਣ ਤੰਬੂ ਪੁੱਟ ਕੇ। ਆਹ ਤੇਰੇ ਖੇਤਾਂ ਦੇ ਕੋਲ ਹੀ ਆਸਾ ਕੀ ਵਾਰ ਹੋਣ ਡਈ, ਆਹ ਜੇ ਤੇਰੇ ਵੱਡੇ ਭਾਗ ਨੇ ਤੇ ਦੀਦਾਰ ਕਰ ਲਾ। ਦੌੜਿਆ, ਇੱਕ ਘੁੱਟ ਲੱਸੀ ਮੂੰਹ ਨੂੰ ਲਾਈ ਅਤੇ ਅੰਦਰਲੇ ਗੁਰਮਿਲ ਤਾਂ ਕਿ ਖੁੱਲ੍ਹੇ ਕਪਾਟ, ਬੋਲੋ ਹਾਂ ਗੁਰਮਿਲ ਤਾਂ ਕਿ ਬੋਰ ਨਾ ਆਵੇ ਜੂਨੀ ਬਾਟ। ਜਿਹਦੇ ਦਰਵਾਜ਼ੇ ਖੁੱਲ੍ਹ ਗਏ ਉਹ ਦੁਬਾਰਾ ਜੂਨੀਆਂ 'ਚ ਨਹੀਂ ਆਉਂਦਾ। ਦਰਵਾਜ਼ੇ ਖੁੱਲ੍ਹੇ ਸੀ, ਭੱਜਾ ਆਣ ਕੇ ਪੈਰਾਂ 'ਤੇ ਡਿੱਗ ਪਿਆ ਗੁਰੂ ਹਰਗੋਬਿੰਦ ਸਾਹਿਬ ਦੇ, ਜਿਹੜੇ ਕਈ ਪੀੜ੍ਹੀਆਂ ਤੋਂ ਪੀਰ ਦਾ ਦੀਵਾ ਜਗਾਉਂਦੇ ਸੀ। ਆਖੋ ਵਾਹਿਗੁਰੂ, ਕਈ ਪੀੜ੍ਹੀਆਂ ਤੋਂ ਪੀਰ ਦਾ ਦੀਵਾ ਜਗਾਉਂਦੇ ਸੀ। ਇੱਥੇ ਪਰਸੋਂ ਵੀ ਆਉਣਾ ਮਰਸ਼ਕਨ ਪਰਿਵਾਰ ਨੇ, ਉਹ ਕਈ ਪੀੜ੍ਹੀਆਂ ਤੋਂ ਕਿਸੇ ਦਾ ਚਿਰਾਗ ਜਗਾਉਂਦੇ ਸੀ। ਮੈਂ ਕਿਹਾ ਪੁੱਤ ਉਹ ਚਿਰਾਗ ਤਾਂ ਤੁਸੀਂ ਜਗਾਇਆ ਅਤੇ ਬੁੱਝ ਗਿਆ, ਇੱਕ ਵਾਰ ਚਿਰਾਗ ਜਿੱਦਣ ਪੰਜਾਂ ਪਿਆਰਿਆਂ ਨੇ ਜਗਾਉਣਾ ਹੈ ਨਾ, ਨਹੀਂ ਪਤਾ ਲੱਗਾ ਜਿਹੜਾ ਪੰਜ ਪਿਆਰਿਆਂ ਅੰਮ੍ਰਿਤ ਦੇ ਕੇ ਚਿਰਾਗ ਜਗਾਉਣਾ ਹੈ। ਕਿੰਨੀਆਂ ਹਨੇਰੀਆਂ ਆਉਣਗੀਆਂ, ਕਿੰਨੇ ਤੂਫਾਨ ਆਉਣਗੇ, ਉਹ ਚਿਰਾਗ ਨਹੀਂ ਬੁੱਝਣਾ ਜਿਹੜਾ ਪੰਜ ਪਿਆਰੇ ਜਗਾ ਦੇਣਗੇ। ਬਸ ਚੋਟ ਲੱਗ ਗਈ, ਉਹ ਪਰਿਵਾਰ ਵੀ ਆ ਰਿਹਾ ਪਰਸੋਂ ਅੰਮ੍ਰਿਤ ਛਕਣ। ਆਖੋ ਵਾਹਿਗੁਰੂ, ਮੱਥਾ ਟੇਕਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿਰ 'ਤੇ ਹੱਥ ਰੱਖਿਆ, ਮਹਾਰਾਜ ਬਖਸ਼ ਲਓ, ਭੁੱਲੇ ਹੀ ਰਹਿ ਗਏ, ਦੀਵੇ ਜਗਾਉਂਦੇ ਰਹਿ ਗਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਤੇਰੀ ਤਕਦੀਰ ਖੁੱਲ੍ਹੀ, ਜਾ ਭੱਜ ਕੇ ਮਾਂ ਪਿਓ ਨੂੰ ਵੀ ਲੈ ਆ। ਮਾਂ ਪਿਓ ਨੂੰ ਵੀ ਲੈ ਤਾ, ਜਿਹੜੀ ਧੀ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਜਿਹੜਾ ਬੀਬੀ ਵੀਰੋਂ ਨੂੰ ਸੀਸਾਂ ਦੇ ਸਕਦਾ ਹੈ, ਉਹ ਸਾਰੇ ਸਮਾਜ ਦੀਆਂ ਧੀਆਂ ਨੂੰ ਵੀ ਸੀਸਾਂ ਦੇ ਸਕਦਾ ਹੈ, ਤੁਹਾਨੂੰ ਵੀ ਦੇ ਸਕਦਾ ਹੈ। ਉਸ ਮਰਦ ਅਗੰਬੜੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦੀ ਲੱਖ ਲੱਖ ਵਧਾਈ। ਇੱਕ ਵਾਰ ਨਾਮ ਜਪ ਲਓ, ਜਿਹੜੇ ਬਾਕੀ ਮਿੰਟ ਨੇ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਜੁੜ ਜਾਓ ਹਾਂ 2 ਮਿੰਟ ਲਈ, ਭਰ ਜਾਣਗੀਆਂ ਝੋਲੀਆਂ ਬੀਬੀ ਵੀਰੋ ਵਾਂਗੂ। ਸੁਰਤ ਜੋੜ ਕੇ ਕੋਸ਼ਿਸ਼ ਕਰੋ। ਇਹ ਸਮਝੋ ਵੀ ਇੱਕ ਇੱਕ ਕਿਹਾ ਵਾਹਿਗੁਰੂ ਮੇਰਾ ਜੀਵਨ ਸਵਾਰ ਰਿਹਾ ਹੈ, ਧੋ ਰਿਹਾ ਮੈਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਧਿਆਨ ਨਾਲ ਸੁਣਿਓ ਬਲਵੀਰ ਸਿੰਘ, ਲੱਖ ਬੋਲੋ, ਅਰਬ ਖਰਬ, 3 ਸ਼ਬਦ ਨੇ, ਲੱਖ ਅਰਬ
ਅਤੇ ਖਰਬ ਕਰ ਸਕਦੇ ਹੋ ਦਾਨ ਇਹਨਾਂ? ਕੋਈ 5 ਰੁਪਈਏ ਗੋਲਕ 'ਚ ਪਾ ਗਿਆ ਕਹਿੰਦਾ ਮੈਂ ਪਾਏ ਨੇ, ਕਿਸੇ ਨੇ 100 ਰੁਪਈਆ ਪਾਇਆ ਉਹ ਕਹਿੰਦਾ ਅੱਜ ਮੈਂ 100 ਰੁਪਈਆ ਗੋਲਕ 'ਚ ਪਾ ਕੇ ਆਇਆ। ਮੇਰਾ 5ਵਾਂ ਸਤਿਗੁਰੂ ਕਹਿੰਦਾ ਲੱਖ ਅਰਬ ਖਰਬ ਕਿਨੋ ਦਾਨ, ਕਿਨੋ ਸਮਝ ਲਓ ਵੀ ਤੁਸੀਂ ਲੱਖਾਂ ਅਰਬਾਂ ਖਰਬਾਂ ਦਾ ਦਾਨ ਕਰਤਾ। ਮਹਾਰਾਜ ਸਾਡੇ ਕੋਲ ਤਾਂ ਹੈ ਕੁਝ ਨਹੀਂ। ਕਹਿੰਦੇ ਜਾਂ ਮਨ ਵਸਿਓ ਹਰ ਕੋ ਨਾਮ, ਨਹੀਂ ਪਤਾ ਲੱਗਾ ਜੀ ਫਿਰ ਹਾਜ਼ਰ ਨਹੀਂ ਲੱਗਦੇ, ਹਾਜ਼ਰ ਨਹੀਂ ਲੱਗਦੇ। ਉੱਦਣ ਤੁਸੀਂ ਸਮਝ ਲਓ ਜਿੱਦਣ ਤੁਹਾਡੇ ਮਨ ਵਿੱਚ ਵਾਹਿਗੁਰੂ ਦਾ ਵਾਸਾ ਹੋਇਆ, ਤੁਸੀਂ ਵਾਹਿਗੁਰੂ ਕਿਹਾ, ਲੱਖਾਂ ਅਰਬਾਂ ਖਰਬਾਂ ਰੁਪਈਆ ਤੁਹਾਡੇ ਅਕਾਊਂਟ 'ਚ ਪੈ ਗਿਆ ਵੀ ਇਹਨੇ ਇੰਨਾ ਵੱਡਾ ਦਾਨ ਪੁੰਨ ਕਰਤਾ। ਸਮਝ ਲਓ ਜਦੋਂ ਇਹਦੇ ਮੂੰਹ ਦੇ ਵਿੱਚੋਂ ਨਿਕਲ ਗਿਆ ਵਾਹਿਗੁਰੂ ਵਾਹਿਗੁਰੂ, ਕਿਤੇ ਛੋਟੀ ਜਿਹੀ ਗੱਲ ਆ। ਗੁਰਬਾਣੀ ਦੇ ਸ਼ਬਦ ਆ ਜਿਹੜਾ ਮੈਂ ਪੜ੍ਹਿਆ, ਲੱਖ ਅਰਬ ਖਰਬ ਕਿੰਨੋ ਦਾਨ, ਕਦੋਂ? ਜਾਂ ਮਨ ਵਸਿਓ ਹਰ ਕੋ ਨਾਮ। ਗੁਰੂ ਕਿਰਪਾ ਕਰੇ ਮੇਰੀਆਂ ਧੀਆਂ ਨੂੰ ਇੰਨਾ ਪਿਆਰ ਅੱਜ ਗੁਰੂ ਹਰਗੋਬਿੰਦ ਸਾਹਿਬ ਦੇਵੇ ਜਿੰਨਾ ਬੀਬੀ ਵੀਰੋ ਨੂੰ ਦਿੱਤਾ, ਇੰਨਾ ਪਿਆਰ ਤੁਹਾਨੂੰ ਦੇਵੇ ਜਿਕੂੰ ਉਹ ਧੀ ਨੂੰ ਦਿੱਤਾ, ਕੁਲਾਂ ਧਾਰ ਕੇ ਰੱਖਤੀਆਂ ਉਹਦੀਆਂ। ਅੱਜ ਵਾਲਾ ਨਾਵੇਂ ਪਾਤਸ਼ਾਹ ਦਾ ਬਚਨ ਧਿਆਨ ਨਾਲ ਸੁਣਿਓ, ਗੋਡਿਆਂ 'ਤੇ ਹੱਥ ਰੱਖ ਕੇ, ਰੀੜ੍ਹ ਦੀ ਹੱਡੀ, ਵਿਚਾਰ ਤੋਂ ਵਾਂਝੇ ਰਹਿ ਗਏ ਅਤੇ ਰੁਲ ਗਏ। ਕੱਲ੍ਹ ਵੀ ਕਿਹਾ ਸੀ ਵਿਚਾਰ ਤੋਂ ਵਾਂਝੇ ਰਹਿ ਗਏ ਅਤੇ ਰੁਲ ਗਏ। ਸੱਚਮੁੱਚ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਨਿਰਮਲ ਪੰਥ ਕਦੀ ਕਿਸੇ ਦੇ ਬੂਹੇ ਅੱਗੇ ਰੁਲ ਰਿਹਾ। ਪਰਸੋਂ ਆਉਂਦਿਆਂ ਹੀ ਭਾਈ ਸਾਹਿਬ ਨੇ ਯਾਦ ਜੇ ਕਿਹੜਾ ਸ਼ਬਦ ਪਹਿਲਾਂ ਪੜ੍ਹਿਆ ਸੀ ਭਲਾ ਭਾਈ ਰਜਿੰਦਰ ਸੋਹਣਾ, ਮੈਂ ਪੁੱਛਦਾ। ਹਾਂਜੀ ਨਹੀਂ ਤੁਸੀਂ ਨਾ ਨਾ ਦੱਸੋ, ਦਿਲਬਾਗ ਸੋਹਣੇ ਦੱਸਿਆ ਭਾਈ ਸਾਹਿਬ ਨੇ ਤਾਂ ਪੜ੍ਹਿਆ ਸੀ ਵੀ ਬਾਰ ਪਰਾਇਆ ਬੈਸਣਾ, ਤੁਸੀਂ ਨਹੀਂ ਕਹਿੰਦੀਆਂ ਕਿਉਂ? ਦੱਬ ਕੇ ਕਹਿੰਦੀਆਂ ਜੇ ਜਾਣਾ ਚਾਹੁੰਦੀਆਂ ਜੇ ਕਿਸੇ ਦੇ ਬੂਹੇ ਅੱਗੇ, ਫਿਰ ਅੰਦਰੋਂ ਜੁੜ ਕੇ ਆਖੋ ਹੇ ਮੇਰੇ ਮਾਲਕ ਮੈਂ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰੇ ਦਾ ਬੂਹਾ ਛੱਡ ਕੇ ਕਿਸੇ ਦੇ ਬੂਹੇ ਅੱਗੇ ਨਾ ਜਾਵਾਂ, ਇੱਥੋਂ ਤੱਕ ਨੌਬਤ ਨਾ ਆਵੇ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਤੁਹਾਡਾ ਦਰ ਛੱਡ ਕੇ ਅਤੇ ਕਿਸੇ ਦੇ ਬੂਹੇ ਅੱਗੇ ਜਾ ਕੇ ਬੈਠਾਂ, ਭਾਵੇਂ ਏ ਹੋਵੇ ਬੀ ਹੋਵੇ ਸੀ ਹੋਵੇ। ਜੇ ਤੂੰ ਇਵੇਂ ਰੱਖਸੀ, ਵੇਖੋ ਕਿੱਡਾ ਬਾਬੇ ਫਰੀਦ ਦਾ ਕ੍ਰਾਂਤੀਕਾਰੀ ਬਚਨ ਆ, ਜੇ ਤੂੰ ਜੇ ਮੇਰੀ ਜ਼ਿੰਦਗੀ ਤੂੰ ਇਸ ਤਰ੍ਹਾਂ ਹੀ ਬਣਾਉਣੀ ਆ ਵੀ ਮੈਂ ਚੁੱਕ ਕੇ ਜੁੱਲੀ ਬਿਸਤਰਾ ਕਦੀ ਫਰਿੱਜ ਨੂੰ ਭੱਜਾ ਫਿਰਾਂ ਅਤੇ ਭਾਵੇਂ ਸਟੋਕਟਨ ਭੱਜਾ ਫਿਰਾਂ, ਫਿਰ ਜੀਓ ਸਰੀਰੋਂ ਲੈ, ਪਤਾ ਲੱਗਾ ਫਿਰ ਜੀਓ ਮੇਰੀ ਜਿੰਦ ਵਿੱਚੋਂ ਜਾਨ ਕੱਢ ਲਾ, ਮੈਂ ਜਿਉਣਾ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਮੈਂ ਤੇਰੇ ਦਰ ਤੋਂ ਸਿਰ ਚੁੱਕ ਕੇ ਕਿਸੇ ਦੇ ਬੂਹੇ ਅੱਗੇ ਰੱਖਿਆ ਹੈ। ਤਗੜੇ ਹੋ, ਬਿਰਤੀ ਵਿੱਚ ਆਓ, ਗੁਰੂ ਨੂੰ ਸਮਰਪਿਤ ਹੋ ਜਾਓ, ਕਹੋ ਸਗਲ ਦੁਆਰ ਕੋ ਛੱਡ ਕੇ ਗਇਓ, ਨਹੀਂ ਜੀ ਗਇਓ ਗਇਓ, ਸਾਰੇ ਦੁਆਰੇ ਛੱਡਤੇ ਪਿਤਾ ਜੀ ਮੈਂ ਅਤੇ ਤੇਰਾ ਦੁਆਰਾ ਫੜ ਲਿਆ। ਗਇਓ ਦਾ ਮਤਲਬ ਹੁੰਦਾ ਫੜਨਾ। ਕਹੋ ਇੱਕ ਵਾਰ ਮੇਰੇ ਵੀਰ ਭੈਣ ਭਰਾ, ਸਤਿਗੁਰੂ ਜੇ ਆਪਣੇ ਦਰ ਤੋਂ ਸਿਰ ਚੁੱਕ ਕੇ ਕਿਸੇ ਦੇ ਸਿਰ 'ਤੇ ਰਖਾਉਣਾ, ਦਰ 'ਤੇ ਰਖਾਉਣਾ ਹੀ, ਇਹਦੇ ਨਾਲੋਂ ਮੇਰੀ ਜਾਨ ਕੱਢ ਲਾ। ਇਹਨੂੰ ਇਸ਼ਕ ਕਹਿੰਦੇ, ਇਹਨੂੰ ਪਿਆਰ ਕਹਿੰਦੇ, ਅਤੇ ਸੱਚਮੁੱਚੀ ਇੱਕ ਪਿਆਰ ਦੀ ਪਰਿਭਾਸ਼ਾ ਹੈ। ਕਿਤੇ ਪੁੱਛ ਕੇ ਵੇਖੋ, ਪਿਆਰ ਹੁੰਦਾ ਹੀ ਇੱਕ ਜਗ੍ਹਾ 'ਤੇ ਆ। ਕੀ ਆਖਿਆ ਪਤਾ ਲੱਗਾ ਧੀਏ? ਪਿਆਰ ਕਿ ਥਾਂ ਥਾਂ ਹੁੰਦਾ, ਥਾਂ ਥਾਂ ਵਪਾਰ ਹੋ ਸਕਦਾ ਹੈ, ਧੰਦਾ ਹੋ ਸਕਦਾ ਹੈ, ਪਿਆਰ ਇੱਕੇ ਜਗ੍ਹਾ 'ਤੇ ਹੁੰਦਾ। ਪ੍ਰੀਤ ਕਰੋ ਸਦ ਏਕ ਸਿਓਂ, ਪ੍ਰੀਤ ਕਰੋ ਸਦਾ ਹੀ ਪਿਆਰ ਇੱਕ ਨਾਲ ਕਰੋ। ਇੱਕ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ। ਇਹ ਤੋਂ ਇਲਾਵਾ ਤੁਹਾਡੀ ਸੁਰਤ ਵਿੱਚ ਕੋਈ ਬੀਜ ਨਾ ਪਵੇ,
ਬਸ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਇੱਕੋ ਹੀ ਚੇਤਾ ਆਵੇ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ। ਅੱਜ ਵਾਲੇ ਸ਼ਬਦ ਵਿੱਚ ਨਾਵੇਂ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ, ਟੋਡੀ ਮਹੱਲਾ ਨਾਵਾਂ, ਇੱਕੋ ਹੀ ਸ਼ਬਦ ਹੈ ਇਸ ਰਾਗ ਵਿੱਚ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਕਹੂੰ ਕਹੋ ਨਹੀਂ, ਕਹੂੰ ਕਹਾਂ ਆਪਣੀ ਅਦਮਾਈ, ਮੈਂ ਕਿਹਨੂੰ ਦੱਸਾਂ ਆਪਣੀ ਬੇਹੋਸ਼ੀ। ਅਦਮਾਈ ਮੈਨੇ ਅਦਮੋਇਆ, ਮੇਰੀ ਜਿਹੜੀ ਸੁਰਤ ਅਦਮੋਈ ਹੋਈ ਆ, ਬੇਹੋਸ਼ ਹੋਈ ਆ, ਇਹ ਮੈਂ ਕਿਹਨੂੰ ਦੱਸਾਂ? ਪਤਾ ਲੱਗਾ ਜੀ? ਨਹੀਂ ਪਤਾ ਲੱਗ ਗਿਆ ਵੀ ਮੈਂ ਆਪਣੀ ਬੇਹੋਸ਼ੀ ਕਿਹਨੂੰ ਦੱਸਾਂ? ਕਹੂੰ ਕਹੂੰ ਕਹਾਂ ਕਹਾਂ ਕਿਸ ਨੂੰ ਆਪਣੀ ਅਦਮਾਈ, ਮੈਂ ਬੇਹੋਸ਼ਪਣਾ ਕਿਹਨੂੰ ਦੱਸਾਂ? ਆਖਿਆ ਕੀ ਤੈਨੂੰ ਕੀ ਮਹਿਸੂਸ ਹੁੰਦਾ ਹੈ? ਆਖੋ ਵਾਹਿਗੁਰੂ, ਤੈਨੂੰ ਕੀ ਮਹਿਸੂਸ ਹੁੰਦਾ ਵੀ ਤੂੰ ਬੇਹੋਸ਼ ਹੈ? ਤਿੰਨ ਕੁ ਮਿੰਟ ਬਾਕੀ, ਟਿਕ ਜਾਓ। ਆਖੋ ਵਾਹਿਗੁਰੂ। ਕੀ ਮੈਂ ਕਿਹਾ ਕੁਲਜੀਤ ਕੌਰ? ਤੈਨੂੰ ਕੀ ਮਹਿਸੂਸ ਹੁੰਦਾ ਵੀ ਤੂੰ ਅਦਮੋਈ ਹੈ, ਬੇਹੋਸ਼ ਹੈ? ਕਹਿੰਦੇ ਮੇਰੀ ਬੇਹੋਸ਼ੀ ਇਹ ਹੈ, ਉਰਜਿਓ ਮੈਂ ਉਲਝ ਗਿਆ ਵਾਂ, ਕਣਕ ਕਾਮਣੀ ਕੈ ਰਸ। ਇੱਕ ਤਾਂ ਮੈਨੂੰ ਔਰਤ ਪਿਆਰੀ ਲੱਗਦੀ, ਇੱਕ ਮੈਨੂੰ ਸੋਨਾ ਪਿਆਰਾ ਲੱਗਦਾ। ਰੱਬ ਦਾ ਨਾਮ ਭੁੱਲ ਕੇ ਫਿਰ ਪੜ੍ਹੋ, ਉਰਜਿਓ ਕਣਕ ਕਾਮਣੀ ਕੈ ਰਸ। ਇਹ ਰਸ ਮੈਨੂੰ ਹੁਣ ਉੱਤੇ ਲਿਖਿਆ ਆ ਰਿਹਾ, ਚੰਗੀ ਤਰ੍ਹਾਂ ਦਰਸ਼ਨ ਕਰੋ। ਮੇਰੀ ਇਹ ਬੇਹੋਸ਼ੀ ਆ ਵੀ ਮੈਂ ਉਲਝ ਗਿਆ ਵਾਂ ਸੋਨੇ ਦੇ ਵਿੱਚ ਅਤੇ ਔਰਤ ਦੇ ਰਸ ਵਿੱਚ। ਮੈਨੂੰ 24 ਘੰਟੇ ਇਹਨਾਂ ਦੋਵਾਂ ਚੀਜ਼ਾਂ ਦਾ ਚੇਤਾ ਰਹਿੰਦਾ। ਮੇਰੇ ਹੱਥ ਵਿੱਚ ਸੋਨੇ ਦਾ ਕੜਾ ਹੋਵੇ, ਹੱਥ ਵਿੱਚ ਮੁੰਦਰੀ ਹੋਵੇ, ਅਤੇ ਔਰਤ 24 ਘੰਟੇ ਮੇਰੇ ਨਾਲ ਹੋਵੇ। ਆਖੋ ਵਾਹਿਗੁਰੂ। ਇਸ ਰਸ ਵਿੱਚ ਮੈਂ ਉਲਝ ਗਿਆ, ਇਹ ਆ ਮੇਰਾ ਅਦਮੋਇਆਪਨ, ਇਹ ਆ ਮੇਰੀ ਬੇਹੋਸ਼ੀ। ਇਹਨਾਂ ਦੇ ਰਸ ਵਿੱਚ ਡੁੱਬ ਕੇ ਨਹਿ ਕੀਰਤ ਪ੍ਰਭ ਗਾਈ, ਨਹਿ ਕੀਰਤ ਪ੍ਰਭ। ਜਿਹਦਾ ਰਸ ਲੈਣਾ ਸੀ ਉਹ ਰਸ ਮੈਨੂੰ ਭੁੱਲ ਗਿਆ। ਜਗ ਝੂਠੇ ਕੋ ਸਾਚ ਜਾਣ ਕੇ, ਦੂਸਰਾ ਪ੍ਰਮਾਣ, ਇਹ ਹੈ ਮੇਰਾ ਬੇਹੋਸ਼ਪਣਾ। ਜਗਤ ਝੂਠੇ ਨੂੰ ਮੇਰਾ ਗੁਰੂ ਕਹਿੰਦਾ ਹੈ, ਜਗ ਰਚਨਾ ਸਭ ਮੇਰਾ ਗੁਰੂ ਕਹਿੰਦਾ ਹੈ, ਮਗਰ ਮੈਂ ਉਹਦਾ ਸਿੱਖ ਹੋ ਕੇ ਉਸੇ ਝੂਠ ਨਾਲ ਆਪਣੀ ਪ੍ਰੀਤੀ ਪਾਈ। ਮੇਰਾ ਗੁਰੂ ਕਹਿ ਰਿਹਾ ਹੈ ਵੀ ਜਗਤ ਸਭ, ਬੋਲੋ ਜਰਾ, ਝੂਠ ਆ। ਉਹ ਭੈਣ ਜੀ ਜਿਹਨਾਂ ਦੇ ਮੈਂ ਘਰ ਬੜਾ ਚਿਰ ਪਹਿਲੋਂ ਗਿਆ, ਤੂੰ ਤੁਹਾਨੂੰ ਪੁੱਛਦਾ ਕੀ ਕਹਿ ਰਿਹਾ ਮੈਂ ਭਲਾ? ਤੁਸੀਂ ਤਾਂ ਫਤਿਹ ਬੁਲਾ ਰਹੇ ਹੋ ਕਿਸੇ ਨੂੰ ਕਥਾ ਸੁਣਦੇ ਸੁਣਦੇ। ਇਸੇ ਕਰਕੇ ਜਿਸ ਤਰ੍ਹਾਂ ਦਾ ਕੱਪੜਾ ਸੁੱਕਾ ਆਉਂਦਾ ਹੈ ਨਾ, ਉਸ ਤਰ੍ਹਾਂ ਦਾ ਮੁੜ ਜਾਂਦਾ। ਨਹੀਂ ਕਿਸੇ ਨੂੰ ਚੇਤਾ ਸ਼ਬਦ ਦੀ ਵਿਚਾਰ ਚੱਲ ਰਹੀ। ਤੁਹਾਨੂੰ ਕੋਈ ਪੁੱਛੇ ਕਿੱਥੋਂ ਆਏ ਹੋ ਤੁਸੀਂ? ਕਹਿੰਦੇ ਮੈਂ ਸਰੋਵਰ 'ਚ ਚੁਬੀਆਂ ਲਾ ਕੇ ਆਇਆ, ਅਤੇ ਅਗਲਾ ਤੁਹਾਨੂੰ ਕੁਐਸਚਨ ਕਰੂਗਾ ਕੱਪੜੇ 'ਤੇ ਤੁਹਾਡੇ, ਸੱਚਮੁੱਚ ਸਾਨੂੰ ਵੀ ਪੁੱਛਣਗੇ। ਸਾਰਾ ਜੀਵਨ ਗੁਰਦੁਆਰੇ ਜਾਣ ਵਾਲੇ ਉਹ ਸੁੱਕੇ ਕਿਉਂ ਰਹਿ ਗਏ? ਨਹੀਂ ਸੁਣਿਆ ਗਿਆ ਇਸ ਜਗਤ ਵਿੱਚ ਜੇ ਸਭ ਤੋਂ ਕੋਈ ਔਖੀ ਕਹਾਣੀ ਹੈ ਤਾਂ ਸੁਣਨਾ ਸੁਣਨਾ ਨਹੀਂ ਸੁਣਿਆ ਜਾਂਦਾ। ਖੈਰ, ਜਗ ਝੂਠੇ ਕੋ ਸਾਚ ਜਾਣ ਕੇ ਤਾਂ ਸਿਉਂ ਰੁਚ ਉਪਜਾਈ। ਉਸ ਝੂਠ ਨੂੰ ਸੱਚ ਮੰਨ ਕੇ ਅਤੇ ਉਹਦੇ ਵਿੱਚ ਰੁਚੀ ਪੈਦਾ ਕਰ ਲਈ ਆ। ਜਗਤ ਪਿਆਰਾ ਲੱਗਦਾ ਹੈ, ਜਗਤ ਨੂੰ ਬਣਾਉਣ ਵਾਲਾ ਜਿਹੜਾ ਪਿੱਛੇ ਹੱਥ ਆ ਉਹਦੇ ਨਾਲ ਪ੍ਰੀਤੀ ਨਹੀਂ। ਆਖੋ ਵਾਹਿਗੁਰੂ। ਦੀਨ ਬੰਦ ਸਿਮਰਿਓ ਨਹੀਂ ਕਬਹੂੰ, ਹੋਤ ਜੋ ਸੰਗ ਸਹਾਈ। ਦੀਨਾਂ ਦਾ ਬੰਧਪ ਵਾਹਿਗੁਰੂ ਪਰਮੇਸ਼ਵਰ, ਉਹਦਾ ਸਿਮਰਨ ਨਹੀਂ ਕੀਤਾ ਜਿਹੜਾ ਅੰਤ ਦੀ ਘੜੀ ਸਹਾਈ ਹੁੰਦਾ ਹੈ ਜੀਵਾਤਮਾ ਦੇ।
ਕਿਹਦੇ ਕਿਹਦੇ ਨਾਲ ਪ੍ਰੀਤੀ ਕੀਤੀ? ਇਹ ਜਗਤ ਦੇ ਨਾਲ ਪ੍ਰੀਤੀ ਪਾ ਲਈ, ਜਗਤ ਨੂੰ ਬਣਾਉਣ ਵਾਲਾ ਵਾਹਿਗੁਰੂ ਪਰਮੇਸ਼ੁਰ ਭੁੱਲ ਗਿਆ, ਇਹ ਮੇਰਾ ਅਧਮੋਇਆ ਪਾਣਿਆ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਮੈਂ ਮਾਇਆ ਦੇ ਵਿੱਚ ਰਾਤ ਦਿਨ ਮਗਨ ਐਸਾ ਹੋਇਆ, ਛੁੱਟੀ ਨਾ ਮਨ ਕੀ ਕਾਈ, ਛੁੱਟੀ ਨਾ ਮਨ ਕੀ ਕਾਈ ਮਿੰਜ ਨਹੀਂ, ਪਾਣੀ ਦੇ ਉੱਤੇ ਜੰਮ ਜਾਂਦਾ, ਪੱਤੀ ਜੀ ਜੰਮ ਜਾਂਦੀ, ਅਤੇ ਉਸ ਪੱਤੀ ਕਰਕੇ ਅਸੀਂ ਕਹਿੰਦੇ ਇੱਥੇ ਪਾਣੀ ਹੈ ਨਹੀਂ, ਜ਼ਰੂਰਤ ਹੈ ਨੀਵੇਂ ਹੋ ਥੋੜ੍ਹਾ ਜਿਹਾ, ਤਾਂ ਮੂੰਹ ਚੁੱਕ ਕੇ ਤੁਸੀਂ ਉਸ ਪੱਤੀ ਨੂੰ ਨਹੀਂ ਹਟਾ ਸਕਦੇ, ਕੀ ਕਰਨਾ ਪੈਣਾ ਹੈ, ਨੀਵਾਂ ਮੂੰਹ ਕਰਨਾ ਪੈਣਾ ਹੈ, ਅਤੇ ਉਹਨਾਂ ਨੂੰ ਪੱਤੀ ਨੂੰ ਐਂ ਕਰਨਾ ਪੈਣਾ ਥੱਲੇ ਪਾਣੀ ਦੇ ਕੁੰਡ ਪਰੇ। ਤੁਸੀਂ ਵੀ ਜਿੱਦਣ ਨੀਵੇਂ ਹੋ ਕੇ ਇਸ ਨੂੰ ਪਰੇ ਕਰੋਗੇ ਭਰਮ ਦੀ ਇਕਾਈ ਨੂੰ, ਸੱਚਮੁੱਚੀ ਰੱਬ ਤਾਂ ਤੁਹਾਡੇ ਅੰਦਰ ਬੈਠਾ ਹੈ, ਬਾਹਰ ਥੋੜ੍ਹਾ ਹੈ। ਬੜਾ ਲੋਕਾਂ ਨੇ ਕਿਹਾ ਵੀ ਰੱਬ ਅੰਦਰ ਆ, ਰੱਬ ਅੰਦਰ ਆ, ਮਗਰ ਵੇਖਣ ਵਾਲੇ ਕਿੰਨੇ ਕੁ ਜਿਹਨਾਂ ਅੰਦਰੋਂ ਵੇਖਿਆ, ਕਿੰਨੇ ਕੁ ਲੱਭਦੇ, ਕਿੰਨੇ ਕੁ ਲੱਭਦੇ। ਆਖੋ ਵਾਹਿਗੁਰੂ। ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ, ਕਹੇ ਨਾਨਕ ਅਬ ਨਾਹੇ ਅਨਤ ਗਤ। ਸਮਝ ਲਿਆ ਮੇਰੀ ਰੂਹ ਨੇ, ਬਾਬਾ ਨਾਨਕ ਜੀ ਨਾਵੇਂ ਜਾਮੇ 'ਚ ਕਹਿੰਦੇ ਹੁਣ ਹੋਰ ਕਿਤੇ ਗਤੀ ਨਹੀਂ, ਹੋਰ ਕਿਤੇ ਮੇਰਾ ਅਧਮੋਏਪਨ ਦਾ ਇਲਾਜ ਹੋ ਹੀ ਨਹੀਂ ਸਕਦਾ, ਕਿੱਥੇ ਹੋਊ। ਬਿਨ ਹਰ ਕੀ ਸ਼ਰਣਾਈ, ਬਿਨ ਇਹਦੀ ਸ਼ਰਨ 'ਚ ਆਉਣ ਤੋਂ ਬਿਨਾਂ ਮੇਰਾ ਬਿਮਾਰ ਦਾ ਇਲਾਜ ਨਹੀਂ ਹੋ ਸਕਦਾ। ਇਹਦੀ ਸ਼ਰਨ ਵਿੱਚ ਆ ਜਾਓ, ਉੱਚਾ ਸੁੱਚਾ ਜੀਵਨ ਗੁਰੂ ਤੁਹਾਨੂੰ ਬਖਸ਼ੇ। ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਐਤਵਾਰ ਸਵੇਰੇ 9 ਵਜੇ ਦਾ ਟਾਈਮ ਆ। ਜਿਨ੍ਹਾਂ ਜਿਨ੍ਹਾਂ ਮੇਰੀਆਂ ਭੈਣਾਂ ਬੱਚਿਆਂ ਗੁਰਸਿੱਖਾਂ ਨੇ ਮਨ ਬਣਾ ਲਿਆ, ਜਿਨ੍ਹਾਂ ਨਹੀਂ ਬਣਾਇਆ ਬਣਾਓ, ਕੇਸੀ ਇਸ਼ਨਾਨ ਕਰਕੇ ਆਓ, ਸਵੱਛ ਕੱਪੜੇ ਪਾ ਕੇ ਆਓ, ਅਤੇ ਨਵੇਂ ਸਤਿਗੁਰੂ ਦੇ ਘਰ ਵਿੱਚ, ਸਤਿਗੁਰ ਕੇ ਜਨਮੇ ਗਮਨ ਮਟਾਇਆ, ਆਵਾਗਮਨ ਮਟਾਉਣ ਲਈ ਗੁਰੂ ਦੇ ਘਰ ਵਿੱਚ ਆਗਮਨ ਤੁਹਾਡਾ ਹੋਵੇ, ਮੇਰੀ ਅਰਦਾਸ ਆ। ਬਹੁਤਿਆਂ ਨੇ ਛਕਿਆ ਹੈ, ਜਿਨ੍ਹਾਂ ਛਕਿਆ ਉਹ ਨਿਤਨੇਮ ਕਰੋ, ਬਾਣੀ ਪੜ੍ਹੋ, ਰਹਿਤ ਮਰਿਆਦਾ 'ਚ ਰਹੋ, ਤਾਂ ਕਿ ਪੰਥ ਦਾ ਭਵਿੱਖ ਉਜਲਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।